ਹੈਲੋ ਐਵਰੀਵਨ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੈਂ ਤੁਹਾਡੀ ਆਪਣੀ ਰੀਟਾ ਪੌਲ, ਵੈਲਕਮ ਬੈਕ ਟੂ ਮਾਈ ਅਫੀਸ਼ੀਅਲ ਯੂਟਿਊਬ ਚੈਨਲ। ਸੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਅਸੀਂ ਬਣਾਉਣ ਜਾ ਰਹੇ ਹਾਂ ਅੱਜ ਦੇਸੀ ਚਾਈਨੀਜ਼ ਨੂਡਲ। ਸੋ ਆਓ ਚੈੱਕ ਕਰਦੇ ਹਾਂ ਕਿੱਦਾਂ ਬਣਦੇ ਆ। ਪਹਿਲਾਂ ਤੁਸੀਂ 10 ਮਿੰਟ ਬੋਇਲਡ ਕਰਨੀ ਹੈ ਨੂਡਲਸ, ਜਿਹੜੇ 10 ਮਿੰਟ ਤੋਂ ਜ਼ਿਆਦਾ ਨਹੀਂ ਕਰਨੇ ਬੋਇਲਡ। ਉਸ ਤੋਂ ਬਾਅਦ ਬੋਇਲਡ ਕਰਨ ਤੋਂ ਬਾਅਦ ਇੱਕ ਛਾਨਣ 'ਚ ਅਸੀਂ ਇਸਦਾ ਸਾਰਾ ਪਾਣੀ ਨਿਕਾਲ ਦੇਵਾਂਗੇ। ਅਸੀਂ ਪਾਣੀ ਦਾ ਨਿਕਾਲ ਦਿੱਤਾ, ਜਿੰਨਾ ਵੀ ਗਰਮ ਪਾਣੀ ਸੀ ਉਸਨੂੰ ਛਾਨਣ ਵਿੱਚ ਪਾ ਕੇ ਅਸੀਂ ਇਹਦੇ ਉੱਪਰ 3 ਗਲਾਸ ਠੰਡੇ ਪਾਣੀ ਦੇ ਪਾਵਾਂਗੇ, ਜਿਹਦੇ ਨਾਲ ਇਹਦਾ ਜਿੰਨਾ ਵੀ ਗਰਮ ਆ ਉਹ ਠੰਡਾ ਹੋ ਜਾਊਗਾ। ਸਾਰੇ ਜਿਹੜੇ ਨੂਡਲ ਆ ਉਹ ਅਲੱਗ ਅਲੱਗ ਹੋ ਜਾਣਗੇ, ਇਸ ਦੇ ਨਾਲ ਇਕੱਲੇ ਇਕੱਲੇ ਨੂਡਲ ਹੋ ਜਾਣਗੇ। ਜਿਹਦੇ ਵਿੱਚ ਪਾਣੀ 2-3 ਗਲਾਸ ਅਸੀਂ ਪਾਣੀ ਉੱਪਰੋਂ ਪਾ ਦਿੱਤਾ, ਜਿਹਦੇ ਨਾਲ ਠੰਡੇ ਹੋ ਜਾਣੇ ਆ ਨੂਡਲ। ਠੰਡੇ ਹੋਣ ਤੋਂ ਬਾਅਦ ਅਸੀਂ ਇਹਨੂੰ ਚੰਗੀ ਤਰ੍ਹਾਂ ਛਾਨਣੀ 'ਚ ਪਾਣੀ ਇਹਦਾ ਕੱਢ ਦੇਵਾਂਗੇ। ਔਰ ਤੁਸੀਂ ਦੇਖੋਗੇ ਬਿਲਕੁਲ ਅਲੱਗ ਅਲੱਗ ਹੋ ਗਏ ਆ ਨੂਡਲ। ਫਿਰ ਇਸ ਤੋਂ ਪਹਿਲਾਂ ਅਸੀਂ ਆਲੂ ਔਰ ਪਿਆਜ਼ ਨੂੰ ਅੱਛੀ ਤਰ੍ਹਾਂ ਚੌਪ ਕਰ ਰਹੇ ਹਾਂ, ਅੱਛੀ ਤਰ੍ਹਾਂ ਬਲੈਂਡ ਕਰ ਲਏ ਅਸੀਂ ਤਵੇ 'ਤੇ। ਥੋੜ੍ਹਾ ਸਰ੍ਹੋਂ ਦਾ ਆਇਲ ਪਾ ਕੇ ਅਸੀਂ ਇਹਨੂੰ ਅੱਛੀ ਤਰ੍ਹਾਂ ਨਾ ਤੜਕਾ ਲਾਵਾਂਗੇ। ਸੋ ਦੇਖਿਓ ਕਿ ਇਹਦਾ ਰਿਜ਼ਲਟ ਮਿਲਦਾ। ਸੋ ਦੇਸੀ ਨੂਡਲਸ ਚਾਈਨੀਜ਼ ਤੁਸੀਂ ਬਣਾ ਸਕਦੇ ਘਰ। ਪਹਿਲਾਂ ਹਲਦੀ ਨਮਕ ਪਾਇਆ, ਪਹਿਲਾਂ ਅਸੀਂ ਫਿਰ ਗਰਮ ਮਸਾਲਾ, ਜਸਟ ਇਹਨੂੰ ਅਸੀਂ ਚੰਗੀ ਤਰ੍ਹਾਂ ਇੱਕਦਮ ਬਰਾਊਨ ਹੋਣ 'ਤੇ ਅੱਛੀ ਤਰ੍ਹਾਂ ਇਹਨੂੰ ਭੁੰਨ ਲਵਾਂਗੇ ਤਵੇ 'ਤੇ। ਜਦੋਂ 10 ਮਿੰਟ ਤੱਕ ਭੁੰਨ ਗਿਆ ਫਿਰ ਵਿੱਚ ਸਾਰੇ ਨੂਡਲ ਅਸੀਂ ਥੋੜ੍ਹਾ 5 ਕੁ ਮਿੰਟ ਤਵੇ 'ਤੇ ਸਾਰੇ ਨੂਡਲ ਪਾ ਕੇ ਗਰਮ ਕਰਕੇ ਗੈਸ ਨੂੰ ਕਰ ਦੇਵਾਂਗੇ ਔਫ। ਇਹ ਨੂਡਲ ਸਾਡੇ ਜਿਹੜੇ ਠੰਡੇ ਕਰ ਲਏ ਬਿਲਕੁਲ ਅਲੱਗ ਅਲੱਗ। ਇਹ ਸਾਰੇ ਨੂਡਲਸ ਨੂੰ ਅਸੀਂ ਇਸ ਤੜਕੇ ਵਿੱਚ ਬਿਲਕੁਲ ਮਿਕਸ ਕਰਾਂਗੇ ਅੱਛੀ ਤਰ੍ਹਾਂ। ਸੋ ਇਸ ਤੜਕੇ ਨੂੰ ਲਗਭਗ ਬਰਾਊਨ ਹੋ ਚੁੱਕਾ ਹੈ, ਹੁਣ ਇਸ ਨੂੰ ਅਸੀਂ ਇਹਦੇ ਉੱਤੇ ਮਿਕਸ ਕਰਨ ਲਈ ਰੱਖਦੇ ਹਾਂ। ਸੋ ਹੁਣ ਕਰਦੇ ਹਾਂ ਅਸੀਂ ਮਿਕਸ ਅੱਛੀ ਤਰ੍ਹਾਂ ਨੂਡਲਸ ਨੂੰ। ਸੋ ਇਹ ਸਾਡੇ ਚਾਈਨੀਜ਼ ਨੂਡਲ ਬਸ ਰੈਡੀ ਹੋ ਚੁੱਕੇ ਆ, ਕਿਉਂਕਿ ਆਲਰੇਡੀ ਅਸੀਂ ਬੋਇਲਡ ਕੀਤੇ ਹੋਏ ਆ ਨੂਡਲ। ਸਾਨੂੰ ਹੋਰ ਵੀ ਪਕਾਉਣ ਦੀ ਲੋੜ ਨਹੀਂ, ਗੈਸ 'ਤੇ ਸਿਰਫ ਤੜਕੇ ਨੂੰ ਹੀ ਮਿਕਸ ਕਰਨਾ ਔਰ ਗੈਸ ਨੂੰ ਕਰ ਦੇਵਾਂਗੇ ਔਫ। ਤੁਹਾਡੇ ਅੱਜ ਦੇ ਚਾਈਨੀਜ਼ ਨੂਡਲ ਬਣ ਕੇ ਰੈਡੀ ਨੇ। ਸੋ ਦੇਖੋ ਇਹਦਾ ਰਿਜ਼ਲਟ, ਤੁਸੀਂ ਵੀ ਸਰ੍ਹੋਂ ਦੇ ਤੇਲ ਵਿੱਚ ਬਣਾਓ ਅਤੇ ਘਰ ਇੰਜੋਏ ਕਰੋ। ਗਰਮੀਆਂ ਦੀ ਛੁੱਟੀਆਂ ਹੋ ਚੁੱਕੀਆਂ ਸਕੂਲ ਦੇ ਵਿੱਚ, ਬੱਚਿਆਂ ਨੂੰ ਰੂਪਸਾ ਕੋਲਡ ਡਰਿੰਕ ਨੂਡਲਸ ਸਭ ਕੁਝ ਘਰ ਬਣਾਓ। ਚਾਹ ਮੈਂ ਬਣਾ ਕੇ ਰੈਡੀ ਕਰ ਦਿੱਤੇ ਆ ਨੂਡਲਸ। ਸੋ ਇਹ ਅੱਜ ਦਾ ਬਲੌਗ।